ਜੋ ਪ੍ਰਭ ਕੀ ਅਤ ਪਿਆਰੀ ਬੇਸ਼ੁਮਾਰ ਅਥਾਹ ਅਗਣਿਤ ਤੁਲ ਹੈ ਜਿਉਂ ਬੁਲਾਵ ਹੈ ਤਿਉਂ ਨਾਨਕ ਦਾਸ ਬੁਲ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਜਬਰ ਛਤਰ ਤਖਤਾਂ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਸਤਿਗੁਰਾਂ ਦੀ ਪਵਿੱਤਰ ਚਰਨ ਸ਼ਰਨ ਦੇ ਵਿੱਚ ਜੁੜ ਕਰਕੇ ਸਤਿਗੁਰਾਂ ਦੀ ਬਾਣੀ ਪੜ੍ਹਨ ਸੁਣਨ ਬਾਣੀ ਨੂੰ ਵਿਚਾਰਨ ਦਾ ਸਤਿਗੁਰਾਂ ਨੇ ਸੰਭਾਗ ਬਖਸ਼ਿਸ਼ ਕੀਤਾ ਸੋ ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀਆਂ ਫਤਿਹ ਦੀ ਸੰਗ ਪਾਈਏ ਉਪਰੰਤ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਸਗਲ ਕਿਰਨਾ ਸਤਿਗੁਰੂ ਦੱਸਦੇ ਨੇ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਆ ਨਾ ਉਹ ਤਾਂ ਸਾਰਿਆਂ ਦੇ ਚਰਨਾਂ ਦੀ ਰੀਨਾ ਦਾ ਅਰਥ ਧੂੜੀ ਭਾਵ ਇੰਨੀ ਨਿਮਰਤਾ ਉਹਨਾਂ ਦੇ ਹਿਰਦੇ ਦੇ ਵਿੱਚ ਅੱਗੇ ਸਤਿਗੁਰੂ ਦੱਸਦੇ ਨੇ ਕਹਿੰਦੇ ਆਤਮ ਰਸ ਬ੍ਰਹਮ ਗਿਆਨੀ ਜੀ ਨਾ ਇਹ ਇੰਨੀ ਨਿਮਰਤਾ ਪਾਉਂਦੀ ਕਿੱਥੋਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਚਰਨਾਂ ਦੇ ਨਾਲ ਜੁੜ ਕਰਕੇ ਬਾਣੀ ਨੂੰ ਕਮਾਉਣ ਸਦਕਾ ਸਿਮਰਨ ਬੰਦਗੀ ਸਦਕਾ ਇੰਨੀ ਨਿਮਰਤਾ ਆਤਮ ਰਸ ਆਤਮਾ ਦਾ ਆਨੰਦ ਆਤਮਾ ਦੇ ਰਸ ਬ੍ਰਹਮ ਗਿਆਨੀ ਚੀਨਾ ਉਹਨਾਂ ਨੇ ਇਸ ਮਾਰਗ ਤੇ ਚੱਲ ਕੇ ਉਹਨਾਂ ਨੇ ਆਤਮਕ ਮੰਡਲ ਦੇ ਵਿੱਚ ਆਤਮਕ ਆਨੰਦ ਮਾਣ ਰਹੇ ਨੇ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਇਹੋ ਜਿਹਾ ਰੰਗਣਾ ਕੀਤਾ ਉਹਨਾਂ ਨੂੰ ਸੰਸਾਰ ਦੇ ਝੂਠੇ ਰਸ ਸਾਰੇ ਭੁੱਲ ਗਏ ਉਹ
ਆਤਮਿਕ ਰਸ ਨੂੰ ਉਹਨਾਂ ਨੇ ਪਛਾਣ ਲਿਆ, ਗੁਰੂ ਦੇ ਗਿਆਨ ਨੂੰ ਪਛਾਣ ਲਿਆ, ਗੁਰੂ ਦੇ ਉਪਦੇਸ਼ ਨੂੰ ਜਾਣ ਲਿਆ। ਆਤਮ ਰਸ ਬ੍ਰਹਮ ਗਿਆਨੀ ਜੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ। ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਤਾਂ ਸਾਰਿਆਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਬ੍ਰਹਮ ਗਿਆਨੀ ਨੂੰ ਕਹਿੰਦੇ ਦੁਨੀਆ ਸੰਸਾਰ ਏਦਾਂ ਦਿਸਦਾ ਜਿਵੇਂ ਹੱਥ ਤੇ ਪਿਆ ਹੋਇਆ ਪੌੜੀ ਨੂੰ ਆਪਾਂ ਤੱਕ ਲਈਏ, ਏਦਾਂ ਕਹਿੰਦੇ ਇੱਥੋਂ ਤੱਕ ਇਹ ਅੱਖਾਂ ਸਿਰਫ ਅਗਲੇ ਦਾ ਚਿਹਰਾ ਤੱਕ ਸਕਦੀਆਂ ਨੇ। ਬ੍ਰਹਮ ਗਿਆਨੀ ਉਹਨਾਂ ਦੇ ਕੋਲ ਇੰਨਾ ਬਾਣੀ ਦਾ ਨਾਮ ਦਾ ਪ੍ਰਤਾਪ ਸਦਕਾ ਉਹ ਅੰਦਰੋਂ ਮਨ ਦੀਆਂ ਬੁੱਝ ਲੈਂਦਾ। ਜਿਹੜਾ ਕੋਈ ਉਹਦੇ ਸ਼ਬਦ ਤੱਕ ਲਵੇ ਉਹ ਤੇ ਦਇਆ ਕਰਦੇ ਨੇ, ਉਹਤੇ ਕਿਰਪਾ ਕਰ ਦਿੰਦੇ ਹਨ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ। ਕਹਿੰਦੇ ਭਾਈ ਬ੍ਰਹਮ ਗਿਆਨੀ ਤੋਂ ਕਦੇ ਕਦੇ ਵੀ ਕੁਝ ਮਾੜਾ ਨਹੀਂ ਹੁੰਦਾ, ਕਦੇ ਕੁਝ ਮਾੜਾ ਨਹੀਂ ਕਰ ਸਕਦੇ, ਉਹ ਹਰ ਇੱਕ ਦਾ ਭਲਾ ਲੋਚਦੇ ਨੇ। ਜੇ ਕੋਈ ਉਹਨਾਂ ਦਾ ਬੁਰਾ ਵੀ ਕਰੇ ਉਹ ਫਿਰ ਵੀ ਭਲਾ ਕਰਦੇ ਨੇ। ਉਹਨਾਂ ਦੇ ਮੁੱਖ ਚੋਂ ਇਹੀ ਹੁੰਦਾ ਵਾਹਿਗੁਰੂ ਭਲਾ ਕਰੇ, ਸਤਿਗੁਰ ਭਲਾ ਕਰਨ। ਭਾਈ ਜੇ ਕੋਈ ਈਰਖਾ ਵੀ ਕਰਦਾ, ਨਿੰਦਾ ਵੀ ਕਰਦਾ, ਵਿਰੋਧ ਚ ਵੀ ਬੋਲਦਾ, ਫਿਰ ਵੀ ਕਹਿੰਦੇ ਨੇ ਗੁਰੂ ਭਲਾ ਕਰੇ। ਮਹਾਂਪੁਰਖ ਰਾਜਾ ਜੋ ਕਿ ਬ੍ਰਹਮ ਗਿਆਨੀ ਮਹਾਂਪੁਰਖ ਤਤਵੇਤੇ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰੌੜਾ ਸਾਹਿਬ ਵਾਲੇ ਸਤਸੰਗਤ ਉਹਨਾਂ ਸਮਿਆਂ ਦੇ ਵਿੱਚ ਕਾਮਰੇਡਾਂ ਦਾ ਬੜਾ ਜ਼ੋਰ ਸੀ, ਬੋਲਬਾਲਾ ਸੀ। ਇਹ ਜਿਹੜਾ ਲਾੜਾ ਹੈ ਨਾ ਕਾਮਰੇਡ, ਇਹਨਾਂ ਨੇ ਸਾਧੂ ਮਹਾਂਪੁਰਖਾਂ ਨੂੰ ਤਾਂ ਕੀ ਮੰਨਣਾ, ਵੈਸੇ ਰੱਬ ਦੇ ਪਿਆਰੇ ਆਪਣੇ ਆਪ ਨੂੰ ਨਹੀਂ ਮਨਾਉਂਦੇ, ਤਾਂ ਗੱਲ ਗੁਰੂ ਦੀ ਕਰਦੇ ਨੇ, ਗੱਲ ਗੁਰੂ ਨੂੰ ਮੰਨਣ ਦੀ ਮਨਾਉਣ ਦੀ ਕਰਦੇ ਨੇ। ਇਹ ਬਖਸ਼ਦੇ ਗੁਰੂ ਸਾਹਿਬ ਨੂੰ ਵੀ ਨਹੀਂ, ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਜੀਵਨ ਤੇ ਸ਼ੰਕੇ ਪਾ ਦਿੰਦੇ, ਇੱਥੋਂ ਤੱਕ ਸਿੱਖ ਸੰਗਤਾਂ ਦੀ ਸ਼ਰਧਾ ਤੋੜ ਦੇਣੀ। ਕਿਸੇ ਬੰਦੇ ਨੇ ਜਿਹੜਾ ਉਸ ਸਮੇਂ ਕਾਮਰੇਡ ਲਾਣੇ ਚ ਰੜ ਕੇ ਰਾੜਾ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨੇ ਡਰਾਮੇ ਕਰਨੇ, ਨਕਲਾਂ ਕਰਨੀਆਂ, ਨਿੰਦਾ ਕਰਨੀ, ਉਸ ਬੰਦੇ ਨੇ ਇੱਕ ਗੱਲ ਦੱਸੀ, ਕਹਿੰਦੇ ਬਈ ਮੈਂ ਬੜਾ ਭੁੱਲਣਹਾਰ ਹਾਂ, ਮੈਂ ਲਾਹਾ ਨਹੀਂ ਤੱਕ ਸਕਿਆ। ਕਹਿੰਦੇ ਮਹਾਂਪੁਰਸ਼ਾਂ ਦੇ ਗੁਣਾਂ ਦੇ ਵੀ ਅਸੀਂ ਹੋਕਣ ਬਣਾ ਬਣਾ ਕੇ ਸਟੇਜਾਂ ਤੇ ਪੇਸ਼ ਕਰਨੇ। ਕਹਿੰਦੇ ਇੰਨੀ ਨਿਮਰਤਾ, ਇੰਨੀ ਕਹਿੰਦੇ ਕਿ ਉਹਨਾਂ ਦੇ ਵਿੱਚ ਧੀਰਜ, ਹਰ ਇੰਨਾ ਬੁਰੇ ਦਾ ਭਲਾ ਕਰਨ ਵਾਲੇ।
ਕਹਿੰਦੇ ਇੱਕ ਵਾਰ ਅਸੀਂ ਪੰਜ ਚਾਰ ਜਾਣੇ ਇਕੱਠੇ ਹੋ ਕੇ ਚਲੇ ਗਏ ਵੀ ਚਲੋ ਮਹਾਂਪੁਰਖਾਂ ਦਾ ਦੇਖਦੇ ਹਾਂ। ਕਹਿੰਦੇ ਨੇ ਉਹ ਬੜਾ ਕਹਿੰਦੇ ਪਰਉਪਕਾਰੀ ਨੇ, ਦੇਖਦੇ ਹਾਂ ਅੱਜ ਕਿੰਨੇ ਕੁ ਪਰਉਪਕਾਰੀ ਨੇ, ਕਿੰਨਾ ਕੁ ਧੀਰਜਾ, ਕਿੰਨਾ ਕੁ ਟਕਾਇਆ। ਉਹ ਰਾਜਿਆਂ ਵਰਗੇ ਵਸਤਰ ਪਾਉਂਦੇ ਨੇ। ਕਹਿੰਦੇ ਮਹਾਂਪੁਰਸ਼ ਉਹਦੇ ਆਪਣੇ ਦੱਸਣ ਦੀ ਗੱਲ, ਅਸੀਂ ਚਲੇ ਗਏ ਅੰਦਰ ਚਲੇ ਗਏ। ਮਹਾਂਪੁਰਸ਼ ਕਹਿੰਦੇ ਸਿਰਾਣੇ ਤੇ ਕੂੜੀ ਰੱਖ ਕੇ ਇੱਕ ਪਾਸੇ ਨੂੰ ਟੇਢੇ ਪਏ ਨੇ, ਔਰ ਹੱਥ ਦੇ ਵਿੱਚ ਇੱਕ ਪੋਥੀ ਆ, ਉਹ ਪੋਥੀ ਪੜ ਰਹੇ ਨੇ। ਕਹਿੰਦੇ ਅਸੀਂ ਗਏ, ਅਸੀਂ ਜਾ ਕੇ ਕਿਉਂਕਿ ਸੰਗਤਾਂ ਆਉਂਦੀਆਂ ਸਨ, ਪਿੰਡਾਂ 'ਚ ਦੀਵਾਨ ਲੱਗਦੇ ਸਨ, ਸੰਗਤਾਂ ਮਾਇਆ ਲਿਆ ਲੈ ਕੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਰੱਖਦੇ। ਕਹਿੰਦੇ ਅਸੀਂ ਕੋਸ਼ਿਸ਼ ਕੀਤੀ ਵੀ ਦੇਖਦੇ, ਕਹਿੰਦੇ ਮਹਾਂਪੁਰਖਾਂ ਨੇ ਦੇ ਸਾਨੂੰ ਦੇਖ ਲਿਆ, ਸਭ ਕੁਝ ਕਰਦੇ ਹਨ, ਕੀ ਕਰਦੇ ਨੇ। ਕਹਿੰਦੇ ਪਰ ਉਹਨਾਂ ਨੇ ਕੁਝ ਨਹੀਂ ਬੋਲੇ। ਕਹਿੰਦੇ ਜੋ ਕੁਛ ਚੱਕਣਾ ਸੀ ਚੱਕਿਆ, ਮਾਇਆ ਵੀ ਚੱਕੀ, ਹੋਰ ਵੀ ਕੁਛ ਚੱਕਿਆ। ਕਹਿੰਦੇ ਅਸੀਂ ਦੇਖਦੇ ਹਾਂ, ਪਰਖਦੇ ਹਾਂ ਵੀ ਇਹਨਾਂ ਦਾ ਧੀਰਜ ਕਿੰਨਾ ਗਾ। ਕਹਿੰਦੇ ਕੁਝ ਨਹੀਂ ਬੋਲੇ। ਕਹਿੰਦੇ ਜਦੋਂ ਅਸੀਂ ਚੱਕ ਕੇ ਬਾਹਰ ਆਏ, ਕਹਿੰਦੇ ਸੇਵਾਦਾਰ ਅੰਦਰ ਗਿਆ ਵੀ ਬਾਬਾ ਜੀ ਆ ਇੰਨਾ ਕੁਛ ਤੁਹਾਡੇ ਕਮਰੇ ਚ ਚੱਕ ਕੇ ਲੈ ਗਏ, ਸਿੰਘਾਂ ਨੂੰ ਬੁਲਾਵਾ। ਕਹਿੰਦੇ ਬਾਬਾ ਕਹਿੰਦੇ ਨਾ ਨਾ ਕੋਈ ਨੀ, ਕਹਿੰਦੇ ਲੋੜ ਹੋਵੇ ਇਹਨਾਂ ਨੂੰ ਲੈ ਕੇ ਕੋਈ ਗੱਲ ਨਹੀਂ। ਕਹਿੰਦੇ ਅਸੀਂ ਕਹਿੰਦੇ ਕੁਝ ਬੁਰਾ ਭਲਾ ਵੀ ਬੋਲਿਆ। ਕਹਿੰਦੇ ਪਰ ਮਹਾਂਪੁਰਖ ਕਹਿੰਦੇ ਕਹਿੰਦੇ ਭਾਈ ਗੁਰੂ ਨਾਨਕ ਤੁਹਾਨੂੰ ਸਮਤ ਬਖਸ਼ੇ, ਤੁਹਾਨੂੰ ਗੁਰੂ ਨਾਨਕ ਸਮਤ ਬਖਸ਼ੇ। ਕਹਿੰਦੇ ਉਹ ਮਹਾਂਪੁਰਖਾਂ ਦਾ ਬੋਲ ਇਹੋ ਜਿਹਾ ਕਹਿੰਦੇ ਮੇਰੇ ਹਿਰਦੇ ਦੇ ਵਿੱਚ ਪਿਆ, ਓਏ ਮਨਾ ਇਹੋ ਜਿਹੇ ਮਹਾਂਪੁਰਖ ਤੂੰ ਇਹਨਾਂ ਨੇ ਬੁਰਾ ਵੀ ਕਰ ਰਿਹਾ, ਬੁਰਾ ਵੀ ਬੋਲ ਰਿਹਾ, ਪਤਾ ਵੀ ਆ ਮਹਾਂਪੁਰਖਾਂ ਨੂੰ ਇਹ ਕੌਣ ਨੇ। ਕਹਿੰਦੇ ਪਰ ਉਹ ਫਿਰ ਵੀ ਕਹਿੰਦੇ ਨੇ ਵੀ ਗੁਰੂ ਨਾਨਕ ਤੇਰਾ ਭਲਾ ਕਰੇ, ਸਤਿਗੁਰ ਭਲਾ ਕਰਨ ਤੇਰਾ। ਉਹ ਸਭਨਾਂ ਦਾ ਬੁਰੇ ਦਾ ਭਲਾ ਵੀ ਕਰਦੇ ਨੇ, ਜਿਵੇਂ ਸਤਿਗੁਰੂ ਸਭਨਾਂ ਦਾ ਭਲਾ ਮਨਾਏ ਦਾ, ਜਿਵੇਂ ਸਤਿਗੁਰੂ ਸਭਨਾਂ ਦਾ ਭਲਾ ਮਨਾਉਂਦੇ ਨੇ, ਇਸ ਤਰ੍ਹਾਂ ਕਹਿੰਦੇ ਬ੍ਰਹਮ ਗਿਆਨੀ ਤੇ ਕੱਛ ਬੁਰਾ ਨਾ ਭਰ ਭਇਆ। ਕਹਿੰਦੇ ਉਹਨਾਂ ਤੋਂ ਕਦੇ ਬੁਰਾ ਹੁੰਦਾ ਹੀ ਨਹੀਂ, ਨਾ ਉਹ ਕਿਸੇ ਦਾ ਬੁਰਾ ਕਰਦੇ ਨੇ, ਉਹ ਦੁਸ਼ਮਣ ਦਾ ਵੀ ਭਲਾ ਹੀ ਰੋਚਦੇ ਨੇ, ਵੈਰੀ ਦਾ ਵੀ ਭਲਾ ਰੋਚਦੇ ਨੇ। ਉਹ ਤਾਂ ਅਰਦਾਸ ਕਰਦੇ ਆਪਾਂ ਸਾਰੇ ਹੀ ਅਰਦਾਸ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਰ ਅਸੀਂ ਤਾਂ ਆਪਣੇ ਭਰਾ ਦਾ ਵੀ ਭਲਾ ਨਹੀਂ ਸੋਚਦੇ, ਆਪਣੇ ਗੁਆਂਢੀ ਦਾ ਵੀ ਭਲਾ ਨਹੀਂ ਸੋਚਦੇ। ਪੜ੍ਹਦੇ ਸਾਰੇ ਹਾਂ ਵੀ ਅਸੀਂ ਨਾਨਕ ਨਾਮ ਚੜ੍ਹਦੀ ਕਲਾ, ਪਰ ਇਹ ਕਮਾਉਂਦੇ ਕੌਣ ਨੇ? ਰੱਬ ਦੇ ਪਿਆਰੇ ਸਾਧੂ ਜਨ ਮਹਾਂਪੁਰਖ। ਅੱਗੇ ਸਤਿਗੁਰੂ ਦੱਸਦੇ ਨੇ, ਕਹਿੰਦੇ ਬ੍ਰਹਮ ਗਿਆਨੀ ਸਦਾ ਸਮਦਰਸੀ। ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਹਮੇਸ਼ਾ ਸਮਦਰਸੀ ਭਾਵ ਸਭਨਾਂ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖਦਾ ਹੈ, ਸਭਨਾਂ ਨੂੰ ਕਿਸੇ ਚ ਅਮੀਰ ਗਰੀਬ ਨਹੀਂ ਵੇਖਦਾ, ਕਿਸੇ ਅਮੀਰ ਨੂੰ ਜ਼ਿਆਦਾ ਨਹੀਂ ਔਰ ਗਰੀਬ ਨੂੰ ਘੱਟ ਨਹੀਂ, ਗਰੀਬ ਤੋਂ ਨਫ਼ਰਤ ਨਹੀਂ ਕਰਦਾ। ਇਹ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਹੈ।
ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਸਦਾ ਸਮਦਰਸੀ ਕਹਿੰਦੇ ਹੋ ਸਾਰਿਆਂ ਨੂੰ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਕਹਿੰਦੇ ਇਹ ਇਹੋ ਜਿਹੇ ਵਿਅਕਤੀ ਦੇ ਮਾਲਕ ਹਨ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਕਹਿੰਦੇ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਹਮੇਸ਼ਾ ਕਹਿੰਦੇ ਅੰਮ੍ਰਿਤ ਵਰਸਦਾ, ਉਹਨਾਂ ਦੇ ਨਦਰ ਦੇ ਵਿੱਚੋਂ ਅੰਮ੍ਰਿਤ ਰੂਪ ਨਾਮ ਦੀ ਵਰਖਾ ਵਰਸਦੀ ਹੈ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸਮਾਧੀ ਖੋਲਦੇ ਤਾਂ ਨਿਗਾਹ ਪੈਣ ਤੇ ਜੋ ਰੋਗੀ ਦੁਖੀ ਖੜੇ ਹੁੰਦੇ ਕਹਿੰਦੇ ਸਾਰੇ ਰਾਜੀ ਹੋ ਕੇ ਜਾਂਦੇ, ਸਾਰੇ ਹੀ ਤੰਦਰੁਸਤ ਹੋ ਕੇ ਜਾਂਦੇ, ਉਹਨਾਂ ਨੂੰ ਆਨੰਦ ਮਿਲਦਾ, ਸ਼ਾਂਤੀ ਮਿਲਦੀ ਗੁਰੂ ਦੇ ਚਰਨਾਂ ਚ। ਕਿਉਂ ਮਿਲਦੀ? ਕਿਉਂਕਿ ਉਹਨਾਂ ਦੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਰੂਪੀ ਵਰਖਾ ਹੁੰਦੀ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਕਹਿੰਦੇ ਭਾਈ ਦੁਨੀਆਂ ਸੰਸਾਰ ਬੰਧਨਾਂ ਦਾ ਬੰਨਿਆ ਹੋਇਆ ਸੰਸਾਰ ਤੇ ਆਇਆ, ਲੋਕੀ ਆਪਣੇ ਕਰਮਾਂ ਦੇ ਬੰਧਨਾਂ ਦੇ ਬੰਨੇ ਹੋਏ ਸੰਸਾਰ ਤੇ ਆਉਂਦੇ ਨੇ, ਪਰ ਜਿਹੜੇ ਰੱਬ ਦੇ ਪਿਆਰੇ ਸਾਧੂ ਹੁੰਦੇ ਹਨ, ਜਿਹੜਾ ਬ੍ਰਹਮ ਗਿਆਨੀ ਆ ਅਸਲ ਦੇ ਵਿੱਚ ਬ੍ਰਹਮ ਗਿਆਨੀ, ਕਹਿੰਦੇ ਉਹ ਬੰਧਨ ਤੇ ਮੁਕਤਾ, ਉਹ ਦੁਨੀਆਂ ਦੇ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੈ। ਜੇ ਉਹਨਾਂ ਨੂੰ ਆਉਣਾ ਵੀ ਪੈਂਦਾ ਉਹ ਕਿਸੇ ਕਾਰਜ ਕਰਕੇ ਦੁਨੀਆਂ ਦੇ ਸੰਸਾਰ ਦੇ ਭਲੇ ਵਾਸਤੇ। ਸਤਿਗੁਰੂ ਕਹਿੰਦੇ ਨੇ ਭਾਈ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਔਰ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਕਹਿੰਦੇ ਉਹਨਾਂ ਦੀ ਉਜਲ ਪਰਮਾਤਮਾ ਦੇ ਨਾਮ ਵਿੱਚ। ਜੁਗਤਾ ਦਾ ਅਰਥ ਹੈ ਕਿ ਉਹਨਾਂ ਦੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਹੋਏ ਹਨ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਹਨ, ਕਹਿੰਦੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਛਕਦੇ ਕਿਨੇ ਹੋ, ਉਹਨਾਂ ਦਾ ਖਾਣਾ ਕੀ ਹੈ? ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਗਿਆਨ ਹੈ ਨਾ, ਨਾਮ ਹੈ, ਉਹੀ ਉਹਨੇ ਉਹਦੇ ਵਿੱਚ ਹੀ ਉਹਨਾਂ ਦਾ ਆਸਰਾ ਹੈ, ਪ੍ਰਾਣ ਹੈ। ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਸਤਿਗੁਰੂ ਜੀ ਕਤਨ ਕਰਦੇ ਹਨ, ਕਹਿੰਦੇ ਭਾਈ ਬ੍ਰਹਮ ਗਿਆਨੀ ਦਾ ਬ੍ਰਹਮ ਭਾਵ ਵਿਆਪਕ ਸਰੂਪ ਵਿੱਚ ਹੀ ਧਿਆਨ ਲੱਗਾ ਰਹਿੰਦਾ ਹੈ। ਬ੍ਰਹਮ ਗਿਆਨੀ ਇੱਕ ਉੱਪਰ ਆਸ, ਕਹਿੰਦੇ ਉਹਨਾਂ ਦੀ ਆਸ ਟੇਕ, ਉਹਨਾਂ ਦੀ ਉਮੀਦ ਇੱਕ ਵਾਹਿਗੁਰੂ ਦੇ ਉੱਤੇ ਹੈ, ਇੱਕ ਪਰਮੇਸ਼ਰ ਉੱਪਰ ਹੈ, ਉਹ ਨਹੀਂ ਆਸ ਰੱਖਦੇ ਕਿਸੇ ਦੀ। ਜਿਵੇਂ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੁਲਹੀ ਕਾਮ ਚੜ ਕੇ ਆ ਰਿਹਾ, ਆਪਾਂ ਨੂੰ ਕੁਝ ਅੱਗੋਂ ਉਪਰਾਲਾ ਕਰ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਕੀ ਕਰੀਏ ਭਾਈ? ਇੱਕ ਸਿੱਖ ਬੋਲਿਆ, ਮਹਾਰਾਜ ਪ੍ਰਥਮ ਮਤਾ ਪੱਤਰੀ ਚਲਾਵੋ। ਕਹਿੰਦੇ ਮੈਂ ਸਲਾਹ ਦਿੰਦਾ ਵੀ ਆਪਾਂ ਪੱਤਰੀ ਚਿੱਠੀ ਪੱਤਰ ਦੇ ਦੇਈਏ,
ਦੂਜਾ ਸਿੱਖ ਬੋਲਿਆ ਕਹਿੰਦੇ ਚਿੱਠੀ ਪੱਤਰ ਵੀ ਕੀ ਪਤਾ ਪਹੁੰਚੇ ਜਾਂ ਨਾ ਪਹੁੰਚੇ, ਦੁਤੀਆ ਮਤਾ ਦੋਏ ਮਾਨੁਖ ਪਹੁੰਚਾ। ਉਹ ਵੀ ਦੋ ਬੰਦਿਆਂ ਦੇ ਹੱਥ ਭੇਜ ਦਿੰਦੇ ਆ, ਚਿੱਠੀ ਤਾਂ ਜਹਾਂਗੀਰ ਤੱਕ ਪਹੁੰਚ ਜਾਵੇਗੀ, ਗੁਰੂ ਘਰ ਦਾ ਪੱਖ ਪਹੁੰਚ ਜਾਵੇਗਾ। ਹੁਣ ਤੀਜਾ ਸਿੱਖ ਕਹਿਣ ਲੱਗਿਆ ਤ੍ਰਿਤੀਆ ਮਤਾ ਕੱਚ ਕਰੋ ਉਪਾਇਆ, ਵੀ ਕਰੋ ਤਾਂ ਸਹੀ ਗੱਲਾਂ ਨਾਲ ਨਾ ਸਾਰੋ। ਸਤਿਗੁਰੂ ਨੂੰ ਬੇਨਤੀ ਕਰਦੇ ਨੇ ਮਹਾਰਾਜ ਕੀ ਹੁਕਮ ਆ ਕੀ ਕਰੀਏ। ਪੰਚਮ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਮੈਂ ਸਭ ਕੱਚ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਕਹਿੰਦੇ ਅਸੀਂ ਤਾਂ ਭਾਈ ਸਾਰਾ ਕੁਛ ਛੱਡ ਕੇ ਅਸੀਂ ਨੀ ਆਸ ਰੱਖਦੇ ਸਾਨੂੰ ਇਨਸਾਫ ਮਿਲੇਗਾ। ਕਹਿੰਦੇ ਸਭ ਕੁਝ ਛੱਡ ਕੇ ਨਾ ਵਾਹਿਗੁਰੂ ਤੇ ਆਸ ਰੱਖ ਲਈ, ਪਰਮੇਸ਼ਰ ਤੇ ਆਸ ਰੱਖ ਲਈ। ਇਸੇ ਕਰਕੇ ਬ੍ਰਹਮ ਗਿਆਨੀ ਏਕ ਉੱਪਰ ਆਸ, ਇੱਕ ਤੇ ਆਸ ਰੱਖਦੇ ਹਨ। ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਕਹਿੰਦੇ ਭਾਈ ਬ੍ਰਹਮ ਗਿਆਨੀ ਦਾ ਕਦੇ ਬੇਨਾਸ, ਉਹਨਾਂ ਦਾ ਭਾਵ ਨਾਸ ਨਹੀਂ ਹੁੰਦਾ, ਉਹ ਸਦਾ ਉਮਰ ਅਮਰ ਰਹਿੰਦੇ ਨੇ, ਉਹ ਸਦਾ ਲਈ ਅਮਰ ਹੋ ਜਾਂਦੇ ਹਨ ਉਸ ਮਾਲਿਕ ਦੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜ ਕਰਕੇ, ਅਵਿਨਾਸ਼ੀ ਦੇ ਵਿੱਚ ਜੁੜ ਕਰਕੇ। ਬ੍ਰਹਮ ਗਿਆਨੀ ਵੀ ਨਾਸ ਤੋਂ ਰਹਿਤ ਹੋ ਜਾਂਦਾ, ਉਹ ਵੀ ਬੇਨਾਸ਼ ਹੋ ਜਾਂਦਾ, ਉਹ ਸਦਾ ਲਈ ਅਮਰ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਗਰੀਬੀ ਦਾ ਅਰਥ ਹੈ ਭਾਈ ਨਿਮਰਤਾ। ਬ੍ਰਹਮ ਗਿਆਨੀ ਦੇ ਹਿਰਦੇ ਦੇ ਅੰਦਰ ਕਹਿੰਦੇ ਨਿਮਰਤਾ ਘੁੱਟ ਘੁੱਟ ਕੇ ਭਰੀ ਹੁੰਦੀ ਹੈ, ਇੰਨੀ ਨਿਮਰਤਾ, ਇੰਨੀ ਨਿਮਰਤਾ। ਕਹਿੰਦੇ ਉਹਨਾਂ ਦੇ ਆਨੰਦ ਦੇ ਵਿੱਚ ਫਰਕ ਨਹੀਂ ਪੈਂਦਾ। ਬ੍ਰਹਮ ਗਿਆਨੀ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਉਹ ਬੇਅੰਤ ਨਿਮਰਤਾ ਦੇ ਵਿੱਚ। ਅੱਗੇ ਸਤਿਗੁਰੂ ਦਾ ਅੰਦਰ ਕਹਿੰਦੇ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਹ ਹਮੇਸ਼ਾ ਪਰਉਪਕਾਰ ਲਈ ਲੋਚਦੇ ਨੇ, ਦੁਨੀਆਂ ਦੇ ਸੰਸਾਰ ਦੇ ਭਲੇ ਦੇ ਲਈ ਲੋਚਦੇ ਨੇ। ਜਿਵੇਂ ਸੰਤ ਕਰਮ ਸਿੰਘ ਜੀ ਜਿਸ ਵੇਲੇ 1857 ਈਸਵੀ ਦੇ ਵਿੱਚ ਦਿੱਲੀ ਗਦਰ ਪਿਆ, ਤਾਂ ਬਾਬਾ ਕਰਮ ਸਿੰਘ ਜੀ ਅਤੇ ਬਾਬਾ ਲਾਲ ਸਿੰਘ ਜੀ ਫੌਜ ਦੇ ਵਿੱਚ ਇਕੱਠੇ ਸਨ, ਉਹਨਾਂ ਦੀ ਯੂਨਿਟ ਦਿੱਲੀ ਪਹੁੰਚੀ ਹੋਈ ਸੀ। ਸੰਤ ਲੋਕਾਂ ਨੂੰ ਬਲਦੀ ਅੱਗ ਦੇ ਵਿੱਚੋਂ ਕੱਢ ਕੱਢ ਕੇ ਗੁਰੂ ਘਰ ਵਿੱਚ ਛੱਡ ਆਉਂਦੇ ਸਨ। ਜਦੋਂ ਲੋਕਾਂ ਨੂੰ ਬਚਾਉਂਦੇ ਹੋਏ ਇੱਕ ਮਹੱਲੇ ਵਿੱਚ ਪਹੁੰਚੇ, ਤਾਂ ਇੱਕ ਮਾਤਾ ਜਿਸ ਦਾ ਇੱਕੋ ਇੱਕ 5 ਸਾਲਾ ਪੁੱਤਰ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਸੀ, ਮਾਤਾ ਕੜੀ ਰੋ ਰਹੀ ਸੀ। ਕਹਿੰਦੇ ਅਤੇ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰ ਰਹੀ ਸੀ ਕਿ ਹੇ ਪ੍ਰਭੂ, ਜਿਵੇਂ ਤੂੰ ਪ੍ਰਹਲਾਦ ਭਗਤ ਨੂੰ ਤਪਦੇ ਥੰਮ ਤੋਂ ਰੱਖਿਆ ਸੀ, ਇਸੇ ਪ੍ਰਕਾਰ ਮੇਰੇ ਬੱਚੇ ਦੀ ਰੱਖਿਆ ਕਰ। ਕਹਿੰਦੇ ਇਤਨੇ ਨੂੰ ਸੰਤ ਕੋਲ ਆ ਗਏ ਅਤੇ ਮਾਤਾ ਜੀ ਨੂੰ ਪੁੱਛਣ ਲੱਗੇ, ਮਾਤਾ ਇਤਨਾ ਪ੍ਰਲਾਪ ਕਿਉਂ ਕਰ ਰਹੇ ਹੋ? ਤਾਂ ਮਾਤਾ ਨੇ ਦੱਸਿਆ ਕਿ ਮੇਰਾ 5 ਸਾਲਾ ਬੱਚਾ ਜਵਾਰੇ ਦੇ ਵਿੱਚ ਸੁੱਤਾ ਪਿਆ ਹੈ, ਸੰਤਾਂ ਤੋਂ ਮਾਤਾ ਦੀ ਐਸੀ ਦਸ਼ਾ ਵੇਖੀ ਨਾ ਗਈ, ਪਰ ਪੁਕਾਰੀ ਸੰਤਾਂ ਨੇ ਪੌੜੀ ਦੀ ਸਹਾਇਤਾ ਦੇ ਨਾਲ ਅਤੇ ਬੱਚੇ ਨੂੰ
ਲੈਣ ਲਈ ਚੱਲੇ। ਛੋਟੇ ਸੰਤ ਲਾਲ ਸਿੰਘ ਜੀ ਕਹਿਣ ਲੱਗੇ ਕਿ ਬਾਬਾ ਜੀ ਅੱਗੇ ਜੋਰਾ ਅੱਗ ਪੂਰੇ ਜੋਰਾਂ ਤੇ ਹੈ, ਨਾ ਕਰੋ। ਪਰ ਬਾਬਾ ਜੀ ਪਰਮੇਸ਼ਰ ਤੇ ਭਰੋਸਾ ਰੱਖਦੇ ਹੋਏ, ਗੁਰਬਾਣੀ ਦੀਆਂ ਤੁਕਾਂ ਪੜ੍ਹਦੇ ਹੋਏ, ਗੁਰ ਕਾ ਵਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲੇ, ਸ਼ਬਦ ਪੜ੍ਹਦੇ ਹੋਏ ਆਪੇ ਪਵਨ ਆਪੇ ਪਵਨਾ ਜਾਰੇ ਕਸਮਤਾ ਰੱਖੈ ਕਵਨਾ, ਸੁੱਤੇ ਬੱਚੇ ਨੂੰ ਚਾਦਰ ਵਿੱਚ ਲਪੇਟ ਕੇ ਪਿੱਠ ਤੇ ਬੰਨਿਆ ਅਤੇ ਹੋਰ ਕੀਮਤੀ ਸਮਾਨ ਜੋ ਵੀ ਮਾਤਾ ਜੀ ਦਾ ਹੱਥ ਲੱਗਿਆ ਹੇਠਾਂ ਸੁੱਟਿਆ ਅਤੇ ਬੱਚੇ ਨੂੰ ਸਹੀ ਸਲਾਮਤ ਲਿਆਂਦਾ ਅਤੇ ਮਾਤਾ ਦੀ ਝੋਲੀ ਵਿੱਚ ਪਾਉਣਾ ਕੀਤਾ। ਇਸੇ ਤਰ੍ਹਾਂ ਭਾਈ ਪਰ ਉਪਕਾਰ ਬ੍ਰਹਮ ਗਿਆਨੀ ਮਹਾਤਮਾ ਹੀ ਕਰ ਸਕਦੇ ਹਨ, ਕਿਉਂਕਿ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਦਾ ਪਰ ਉਪਕਾਰ ਦਾ ਉਤਸ਼ਾਹ ਬਣਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਕਹਿੰਦੇ ਭਾਈ ਬ੍ਰਹਮ ਗਿਆਨੀ ਦੇ ਹਿਰਦੇ ਦੇ ਵਿੱਚ ਕੋਈ ਸੰਸਾਰਿਕ ਕੰਮ ਕਾਜ ਨਾਲ ਸਨੇਹ ਨਹੀਂ ਹੁੰਦਾ। ਜਿਵੇਂ ਬੱਚਾ ਪੰਘੂੜੇ ਵਿੱਚ ਪਿਆ ਹੱਥ ਹਿਲਾਉਂਦਾ ਹੈ, ਪੈਰ ਮਾਰ ਰਿਹਾ, ਉਸ ਦਾ ਖੇਡਣਾ ਕਿਰਿਆ ਹੈ, ਧੰਦਾ ਨਹੀਂ ਹੈ। ਇਸੇ ਤਰ੍ਹਾਂ ਮਨ ਤੇ ਵਿਸਰਿਓ ਸਗਲੋ ਧੰਦਾ, ਗੁਰ ਕੀ ਚਰਣੀ ਲਾਏ। ਸਤਿਗੁਰੂ ਕਹਿੰਦੇ ਭਾਈ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਦੇ ਧਾਵਤ ਬੰਦਾ। ਕਹਿੰਦੇ ਭਾਈ ਬ੍ਰਹਮ ਗਿਆਨੀ ਧਾਵਤ ਦਾਵਤ ਦੌੜਦੇ ਮਨ ਨੂੰ ਕਹਿੰਦੇ ਕਿ ਵੀ ਉਹ ਬੰਨ ਲੈਂਦੇ ਨੇ ਗੁਰੂ ਦੇ ਪ੍ਰੇਮ ਦੇ ਵਿੱਚ, ਨਾਮ ਦੇ ਵਿੱਚ ਮਨ ਨੂੰ ਐਨ ਟਿਕਾ ਦੇ ਵਿੱਚ ਰੱਖਦੇ ਹਨ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਦੀ ਸੰਗਤ, ਬ੍ਰਹਮ ਗਿਆਨੀ ਦੀ ਸੰਗਤ ਦੇ ਕੋਲ ਕਹਿੰਦੇ ਕੀ ਹੁੰਦਾ, ਉਹ ਸਭ ਦਾ ਭਲਾ ਲੋਚਦੇ ਨੇ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਉਹ ਸਦਾ ਹੀ ਸਭ ਦਾ ਭਲਾ ਲੋਚਦੇ ਨੇ। ਬ੍ਰਹਮ ਗਿਆਨੀ ਸੋ ਫਲ ਭਲਾ, ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹ ਸਦਾ ਹੀ ਸੁਫਲ ਭਾਵ ਗਿਆਨ ਰੂਪੀ ਫਲ ਦੀ ਪ੍ਰਫੁੱਲਤਾ ਹੁੰਦਾ ਹੈ। ਬ੍ਰਹਮ ਗਿਆਨੀ ਸੰਗ ਸਗਲੋ ਉਧਾਰ, ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਸਾਰਿਆਂ ਦਾ ਉਧਾਰ ਹੋ ਸਕਦਾ, ਸਾਰੇ ਤਰ ਸਕਦੇ ਨੇ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਸਤਿਗੁਰੂ ਜੀ ਕਥਨ ਕਰਦੇ ਹਨ, ਕਹਿੰਦੇ ਭਾਈ ਬ੍ਰਹਮ ਬੀਤਿਆਂ ਨੂੰ ਬ੍ਰਹਮ ਦਾ ਸਰੂਪ ਹੋਣ ਕਰਕੇ ਸਗਲ ਸੰਸਾਰ ਸੰਸਾਰ ਜਗਤ ਸਾਰਾ ਸੰਸਾਰ ਕਹਿੰਦੇ ਜਪਦਾ ਹੈ, ਉਹਨਾਂ ਦੀ ਉਸਤਤ ਕਰਦਾ ਹੈ, ਉਹਨਾਂ ਦੀ ਮਹਿਮਾ ਕਰਦਾ ਹੈ। ਸੁਆਓ ਇੱਥੇ ਸਮਾਪਤੀ ਕਰੀਏ ਜੀ। ਵਿਚਾਰਾਂ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਕਿਰਪਾ ਕਰਕੇ ਬਖਸ਼ ਦੇਣਾ ਜੀ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਅਮਰ।
ਅਯਾ ਵਾਚੈ ਧਰਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸ਼ਕਤ ਕਾਲ ਨਾਨਕ ਤੇ ਮੁਖ ਜਵੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸ਼ਕਤ ਕਾਲ ਨਾਨਕ ਤੇ ਮੁਖ ਜਵੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।